ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਜਸਵਿੰਦਰ ਸਿੰਘ ਜੀ ਪੁੱਛਾਂ ਵਾਲੇ, ਅੱਜ ਅਸੀਂ ਪਹੁੰਚੇ ਹਾਂ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਬਟਾਲਾ ਦੀ ਧਰਤੀ 'ਤੇ। ਆਓ ਅਸੀਂ ਉੱਥੇ ਦੇ ਹੈੱਡ ਗ੍ਰੰਥੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ, ਆਪ ਜੀ ਦਾ ਨਾਮ ਕੀ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਵਿੰਦਰ ਸਿੰਘ ਜੀ ਗ੍ਰੰਥੀ ਗੁਰਦੁਆਰਾ ਕੰਧ ਸਾਹਿਬ ਬਟਾਲਾ ਜੀ। ਬਾਬਾ ਜੀ ਵਿਆਹ ਪੁਰਬ ਦੇ ਸੰਬੰਧ ਵਿੱਚ ਆਪ ਜੀ ਕੋਲ ਜਾਣਕਾਰੀ ਲੈਣੀ ਸੀ ਕਿ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦੇ ਵਿੱਚ ਸੰਗਤਾਂ ਵਿੱਚ ਕਿੰਨਾ ਕੁ ਉਤਸ਼ਾਹ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਤਕਰੀਬਨ ਅੱਜ ਤੋਂ 4-5 ਦਿਨ ਪਹਿਲਾਂ ਤੋਂ ਲੈ ਕੇ, ਯਾਨੀ ਕਿ 7-8 ਤਰੀਕ ਤੋਂ ਲੈ ਕੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਬੜੇ ਚਾਅ ਦੇ ਨਾਲ ਮਨਾ ਰਹੀਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜੋ ਕਿ 16 ਸਤੰਬਰ ਨੂੰ ਐਤਵਾਰ ਆ ਰਿਹਾ ਹੈ, ਇਸੇ ਦੀਆਂ ਖੁਸ਼ੀਆਂ ਦੇ ਵਿੱਚ ਦੀਵਾਨ ਸੱਜ ਰਹੇ ਨੇ, ਮਹਾਨ ਸਮਾਗਮ ਹੋ ਰਿਹਾ ਜੀ, ਲੰਗਰ ਲੱਗੇ ਆ ਜੀ। ਬੜੀਆਂ ਸੰਗਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਅਤੇ ਪਿਆਰ ਦੇ ਨਾਲ ਸੰਗਤਾਂ ਆਪਣਾ ਗੁਰੂ ਘਰ ਦੇ ਪਿਆਰ ਵਿੱਚ ਨਮਸਤਕ ਹੋ ਕੇ ਅਤੇ ਆਪਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਜੀ। ਬਾਬਾ ਜੀ ਤੁਸੀਂ ਇਸ ਅਸਥਾਨ ਦੇ ਇਤਿਹਾਸ ਬਾਰੇ ਥੋੜ੍ਹਾ ਜਿਹਾ ਦੱਸੋ ਸੰਗਤਾਂ ਨੂੰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਆਪਣੀ ਭੈਣ ਜੀ ਦੇ ਕੋਲ ਸੁਲਤਾਨਪੁਰ ਲੋਧੀ ਰਿਹਾ ਕਰਦੇ ਸਨ, ਉਹਨਾਂ ਦੀ ਸ਼ਾਦੀ ਬੇਬੇ ਸੁਲੱਖਣੀ ਜੀ ਜੋ ਕਿ ਭਾਈ ਮੂਲਾ ਚੰਦ ਜੀ ਦੇ ਬੇਟੀ ਸਨ ਅਤੇ ਮਾਤਾ ਚੰਦੂ ਰਾਣੀ ਜੀ ਦੀ ਬੇਟੀ ਸਨ, ਸਨ ਸੰਮਤ 1544 ਅਤੇ ਈਸਵੀ 1487 ਦੇ ਵਿੱਚ ਜਦੋਂ ਸਤਿਗੁਰਾਂ ਦਾ ਸ਼ਾਦੀ ਮੁਕਰਰ ਬਟਾਲੇ ਦੀ ਬੇਟੀ ਬੀਬੀ ਸੁਲੱਖਣੀ ਜੀ ਮੂਲਾ ਚੰਦ ਜੀ ਦੇ ਬੇਟੀ ਜੋਸ਼ਵਾ ਸਨ ਉਹਨਾਂ ਦੇ ਨਾਲ ਜੀਤ ਹੋਈ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਜੋ ਕਿ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਸ਼ਹਿਰ ਦੇ ਵਿੱਚ ਪਹੁੰਚੀ ਅਤੇ ਇਸ ਚੌਂਕ ਦੇ ਵਿੱਚ ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸੋ ਪ੍ਰਾਪਤ ਗੁਰਦੁਆਰਾ ਕੰਧ ਸਾਹਿਬ ਜੀ ਹਨ, ਇੱਥੇ ਬੜੇ ਜ਼ੋਰਾਂ ਅਤੇ ਸ਼ੋਰਾਂ ਦੇ ਨਾਲ ਬੜੇ ਪਿਆਰ ਦੇ ਨਾਲ ਭਾਈ ਮੂਲਾ ਚੰਦ ਜੀ ਹੋਰ ਵੀ ਜੋ ਬਟਾਲੇ ਦੇ ਪਤਵੰਤੇ ਸਨ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੇ ਬਰਾਤ ਦਾ ਬੜੇ ਸੱਜ ਧੱਜ ਕੇ ਸਵਾਗਤ ਕੀਤਾ ਅਤੇ ਉਪਰੰਤ ਮਿਲਣੀ ਤੋਂ ਉਪਰੰਤ ਸਤਿਗੁਰਾਂ ਦੀ ਬਰਾਤ ਜੋ ਆਪ ਜੀ ਇੱਥੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕੰਧ ਸਾਹਿਬ ਜੀ ਦੇ ਸਾਹਮਣੇ ਕੰਧ ਸਾਹਿਬ ਜੀ ਸੁਸ਼ੋਭਿਤ ਹਨ, ਜੋ ਕਿ ਥੜਾ ਸਾਹਿਬ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹਨ, ਇੱਥੇ ਸਤਿਗੁਰਾਂ ਨੂੰ ਬਿਠਾਇਆ ਗਿਆ ਨਾਲ ਮਰਦਾਨਾ ਜੀ ਬਾਲਾ ਜੀ ਜੋ ਵੀ ਉਹਨਾਂ ਦੇ ਸਾਥੀ ਸਨ ਬਰਾਤ ਦੇ ਵਿੱਚ ਆਏ ਗਏ ਹੋਏ ਅਤੇ ਇੱਥੇ ਇੱਕ ਮਾਤਾ ਜੀ ਜੋ ਕਿ ਬਟਾਲੇ ਦੇ ਰਹਿਣ ਵਾਲੇ ਸਨ ਉਹਨਾਂ ਨੇ ਆਣ ਕੇ ਸਤਿਗੁਰਾਂ ਨੂੰ ਕਿਹਾ ਕਿ ਬੇਟਾ ਇਹ ਕੰਧ ਕੱਚੀ ਹੈ ਅਤੇ ਢਹਿਣ ਵਾਲੀ ਹੈ, ਤੂੰ ਪਰਾਂ ਹੋ ਕੇ ਥੋੜ੍ਹਾ ਬਹਿ ਜਾ ਕਿਉਂਕਿ ਲੜਕੀਆਂ ਮਜ਼ਾਕ ਦੇ ਨਾਲ ਤੇਰੇ ਉੱਪਰ ਸੁੱਟ ਨਾ ਦੇਣ। ਤਾਂ ਸਤਿਗੁਰਾਂ ਨੇ ਅੱਗੇ ਕਿਹਾ ਕਿ ਮਾਤਾ ਭੋਲੀਏ ਇਹ ਕੰਧ ਕੱਚੀ ਨਹੀਂ ਹੈ, ਇਹ ਕੰਧ ਸਦਾ ਸਦਾ 4 ਯੁੱਗ ਰਹਿਣ ਵਾਲੀ ਹੈ ਅਤੇ ਮੇਰੇ ਵਿਆਹ ਦੀ ਯਾਦਗਾਰ ਦੇ ਵਿੱਚ ਰਹੀ ਸੀ, ਤੋ ਇਸੇ ਉਹਨਾਂ ਦੇ ਵਚਨਾਂ ਦੇ ਨਾਲ ਜਿੱਥੇ ਬਹੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ ਰਾਮ ਰਾਜੇ ਦੇ ਮਾਂ ਵਾਕ ਅਨੁਸਾਰ ਸਤਿਗੁਰੂ ਜੀ ਜਿੱਥੇ ਸਾਧ ਸੰਗਤ ਜੀ ਸਤਿਗੁਰਾਂ ਦੇ ਚਰਨ ਪਏ ਅਤੇ ਹੁਣ ਹਰ ਸਾਲ ਜਿਸ ਤਰ੍ਹਾਂ ਕਿ ਐਸ ਵਾਰੀ ਵੀ 16 ਸਤੰਬਰ ਨੂੰ ਦਿਨ ਐਤਵਾਰ ਬੜੇ ਚਾਵਾਂ ਅਤੇ ਪਿਆਰਾਂ ਦੇ ਨਾਲ ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਤਕਰੀਬਨ 8 ਤਰੀਕ ਤੋਂ ਇਹ ਮੇਲਾ ਸ਼ੁਰੂ ਹੋ ਚੁੱਕਾ ਹੈ ਅਤੇ 16 ਨੇ ਤਕਰੀਬਨ 20 ਤਰੀਕ ਤੱਕ ਮੇਲਾ ਚੱਲੇਗਾ ਜੀ ਅਤੇ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਚਰਨ ਸੋ ਪ੍ਰਾਪਤ ਦਰਸ਼ਨ ਕਰਕੇ ਅਤੇ ਲਾਏ ਲੈਂਦੀਆਂ ਨੇ ਆਪਣੇ ਜਨਮ ਨੂੰ ਸਫਲਾ ਕਰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਇੱਕ ਬੇਨਤੀ ਹੋ ਰਹੀ ਕਿ ਸੁਲਤਾਨਪੁਰ ਲੋਧੀ ਤੋਂ ਵੀ ਨਗਰ ਕੀਰਤਨ ਇੱਥੇ ਪਹੁੰਚਦਾ? ਹਾਂਜੀ, ਇਸੇ ਤਰ੍ਹਾਂ ਜਿੱਦਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਜਿਸ ਤਰ੍ਹਾਂ ਕਿ ਲੜਕੀ ਵਾਲੇ ਸ਼ਗਨ ਲੈ ਕੇ ਜਾਂਦੇ ਨੇ, ਇਸੇ ਤਰ੍ਹਾਂ 14 ਤਰੀਕ ਨੂੰ ਬਟਾਲੇ ਤੋਂ ਸ਼ਗਨ ਦੇ ਰੂਪ ਦੇ ਵਿੱਚ
ਨਗਰ ਕੀਰਤਨ ਦੇ ਰੂਪ ਦੇ ਸੰਗਤਾਂ 14 ਤਰੀਕ ਨੂੰ ਸ਼ਾਮ ਨੂੰ ਉੱਥੇ ਪਹੁੰਚਣਗੀਆਂ ਜੀ। 15 ਤਰੀਕ ਨੂੰ ਤਕਰੀਬਨ 6 ਵਜੇ ਦੇ ਕਰੀਬ ਸੰਗਤਾਂ ਉੱਥੋਂ ਚੱਲ ਕੇ ਸੁਲਤਾਨ ਨਗਰ ਕੀਰਤਨ ਦੇ ਰੂਪ ਦੇ ਚੱਲ ਕੇ ਰਸਤੇ ਦੇ ਵਿੱਚੋਂ ਹੁੰਦੇ ਹੋਏ ਬਟਾਲਾ ਤਕਰੀਬਨ 7-8 ਵਜੇ ਦੇ ਕਰੀਬ ਰਾਤ ਨੂੰ ਇੱਥੇ ਪਹੁੰਚਣਗੀਆਂ। ਰਸਤੇ ਦੇ ਵਿੱਚ ਸੰਗਤਾਂ ਦਾ ਸਵਾਗਤ ਬਹੁਤ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਹੁੰਦਾ ਹੈ ਅਤੇ ਸੰਗਤਾਂ ਦੇ ਵਿੱਚ ਬਹੁਤ ਹੀ ਪਿਆਰ ਹੁੰਦਾ, ਬੜੇ ਸਤਿਕਾਰ ਦੇ ਨਾਲ ਸੰਗਤਾਂ ਇੱਥੇ 15 ਤਰੀਕ ਨੂੰ ਸ਼ਾਮ ਨੂੰ 8 ਵਜੇ ਦੇ ਤਰੀਕ ਗੁਰਦੁਆਰਾ ਸਤਕਰਤਾਰੀਆ ਸਾਹਿਬ ਜੀ ਪਹੁੰਚ ਕੇ ਅਤੇ ਉੱਥੇ ਆਰਾਮ ਕਰਦੀਆਂ ਨੇ। ਉਪਰੰਤ 16 ਤਰੀਕ ਨੂੰ ਫਿਰ ਗੁਰਦੁਆਰਾ ਡੇਹਰਾ ਸਾਹਿਬ ਜੀ ਜਿੱਥੇ ਕਿ ਸਤਿਗੁਰਾਂ ਦੇ ਸਹੁਰਿਆਂ ਦਾ ਘਰ ਹੈ, ਆਨੰਦ ਕਾਰਜ ਹੋਏ ਸਨ, ਉੱਥੋਂ ਫਿਰ ਨਗਰ ਕੀਰਤਨ ਨਿਕਲਦਾ, ਬੜੇ ਬਹੁਤ ਹੀ ਮਹਾਨ ਨਗਰ ਕੀਰਤਨ ਨਿਕਲਦਾ ਜੋ ਕਿ ਸਾਰਾ ਦਿਨ ਪੂਰੇ ਗੁਰਦੁਆਰਾ ਬਟਾਲਾ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਸ਼ਾਮਾਂ ਨੂੰ ਫਿਰ ਇੱਥੇ ਸਮਾਪਤੀ ਹੁੰਦੀ ਹੈ। ਸੰਗਤਾਂ ਗੁਰੂ ਘਰ ਦੇ ਦਰਸ਼ਨ, ਸਤਿਗੁਰਾਂ ਦੇ ਨਗਰ ਕੀਰਤਨ ਦੇ ਦਰਸ਼ਨ ਕਰਕੇ ਅਤੇ ਆਪਣੇ ਜੀਵਨ ਨੂੰ ਸਫਲਤਾ ਕਰਦੀਆਂ ਨੇ ਅਤੇ ਲਾਹੇ ਲੈਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਇੱਕ ਬੇਨਤੀ ਹੋਰ ਹੈ ਕਿ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਪ੍ਰਬੰਧ ਕਰਦੀ ਹੈ ਉੱਥੇ ਨਗਰ ਦੀਆਂ ਸੰਗਤਾਂ ਕਿੰਨਾ ਕੁ ਪ੍ਰਬੰਧ ਕਰਦੀਆਂ ਅਤੇ ਕਿੰਨਾ ਕੁ ਇਹਨਾਂ ਦੇ ਮਨ 'ਚ ਉਤਸ਼ਾਹ ਹੁੰਦਾ, ਕਿੰਨਾ ਕੁ ਚਾਅ ਹੁੰਦਾ? ਵੇਖੋ ਜੀ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਤਾਂ ਹੈ ਹੀ ਹੈ, ਲੇਕਿਨ ਸੁਸਾਇਟੀਆਂ ਹੋਰ ਵੀ ਪੂਰੇ ਇਲਾਕੇ ਦੀ ਸੰਗਤ ਜੋ ਕਿ ਇਹ ਅੱਜ ਦਾ ਮੇਲਾ ਨਹੀਂ ਹੈ, ਤਕਰੀਬਨ 500 ਸਾਲ ਤੋਂ ਉੱਤੇ 531 ਸਾਲ ਹੋ ਚੁੱਕੇ ਨੇ ਇਸ ਮੇਲੇ ਨੂੰ ਚੱਲਦਿਆਂ ਅਤੇ ਸੰਗਤਾਂ ਦੇ ਵਿੱਚ ਬਹੁਤ ਹੀ ਪਿਆਰ ਚਾਹ ਹੁੰਦਾ ਹਰ ਸਾਲ ਹੀ, ਜਿਹੜਾ ਕਿ ਨਹੀਂ ਵੀ ਆਇਆ ਹੁੰਦਾ ਉਹਨੂੰ ਇਹ ਗੱਲ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਇਸ ਟਾਈਮ ਬਾਬਾ ਜੀ ਦੇ ਜੋੜ ਮੇਲੇ ਦੇ ਵਿੱਚ ਜਾ ਕੇ ਦਰਸ਼ਨ ਕਰਨੇ ਨੇ। ਅਤੇ ਤੁਸੀਂ ਦੇਖ ਹੀ ਸਕਦੇ ਹੋ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚ ਕੇ ਕਿੰਨਾ ਉਤਸ਼ਾਹ ਹੈ। ਅੱਜ 13 ਤਰੀਕ ਹੈ, 16 ਤਰੀਕ ਨੂੰ ਮੇਲਾ ਜੀ, ਅਤੇ ਪਹਿਲੋਂ 8 ਤਰੀਕ ਤੋਂ ਲੈ ਕੇ ਮੇਲਾ ਚਾਲੂ ਹੋ ਚੁੱਕਾ ਜੀ। ਤਕਰੀਬਨ ਕੀਰਤਨ ਚੱਲ ਰਹੇ ਨੇ, ਰਾਤ ਨੂੰ ਸਮਾਗਮ ਹੈ ਜੀ, ਕੱਲ੍ਹ ਭਾਈ ਗੁਰਕਪਾਲ ਸਿੰਘ ਦੀ ਰਾਤ ਨੂੰ ਸਨ, ਅੱਜ ਵੀ ਦੀਵਾਨ ਚੱਲੇਗਾ ਜੀ, ਪਰਸੋਂ ਰੈਣ ਸਭਾਈ ਜੀ, ਇਸੇ ਤਰ੍ਹਾਂ ਦੀਵਾਨ 5-6 ਦਿਨਾਂ ਤੋਂ ਦੀਵਾਨ ਤਕਰੀਬਨ ਚੱਲ ਰਹੇ। ਗੁਰੂ ਘਰ ਦੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਿੱਸਾ ਲੈਂਦੀਆਂ ਨੇ ਜੀ। ਬਾਬਾ ਜੀ ਇੱਕ ਗੱਲ ਹੋਰ ਸੁਣਨ ਵਿੱਚ ਆਈ ਸਾਨੂੰ ਕਿ ਜਿੱਥੇ ਬਟਾਲੇ ਦੀਆਂ ਸੰਗਤਾਂ ਤੇ ਉਤਸ਼ਾਹ ਨਾਲ ਮਨਾਉਂਦੀਆਂ ਹੀ ਨੇ ਗੁਰਪੁਰਬ, ਉੱਥੇ ਇਹ ਵੀ ਸੁਣਨ 'ਚ ਮਿਲਿਆ ਕਿ ਬਟਾਲੇ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਬਟਾਲੇ ਪਹਿਲਾਂ ਹੀ ਪਹੁੰਚ ਜਾਂਦੇ ਨੇ, ਇੱਕ ਸੱਚ ਗੱਲ ਜੀ? ਅੱਜ ਦਾ ਨਹੀਂ ਜੀ, ਇਹ ਤਾਂ ਪੁਰਾਣਾ ਤੁਹਾਨੂੰ ਦੱਸਿਆ ਕਿ 4-500 ਸਾਲ ਤੋਂ ਮੇਲਾ ਚੱਲਦਾ ਜੀ, ਸੰਗਤਾਂ ਰਿਸ਼ਤੇਦਾਰੀ ਦੇ ਤਾਂ ਤੁਸੀਂ ਗੱਲ ਛੱਡੋ ਸਰ, ਇਹ ਤਾਂ ਵਿਦੇਸ਼ਾਂ ਦੀ ਸੰਗਤਾਂ ਨੂੰ ਚਾਹ ਹੁੰਦਾ, ਬਾਹਰ ਦੇ ਦੇਸ਼ਾਂ ਤੋਂ ਆਣ ਕੇ ਲੋਕ ਸੇਵਾ ਕਰ ਰਹੇ, ਜੋੜਾ ਘਰ ਵੇਖੋ ਕਿੰਨੀ ਸੰਗਤ ਬੈਠੀ ਹੈ, ਇਹ ਵੀ ਸੰਗਤਾਂ ਵਿਦੇਸ਼ਾਂ ਤੋਂ ਸੰਗਤਾਂ ਆਣ ਕੇ ਸੇਵਾ ਕਰਦੀਆਂ ਜੀ ਅਤੇ ਗੁਰੂ ਘਰ ਦਾ ਲਾਹ ਲੈਂਦੀਆਂ, ਖੁਸ਼ੀਆਂ ਪ੍ਰਾਪਤ ਕਰਦੀ, ਬਹੁਤ ਹੀ ਸੰਗਤਾਂ ਨੂੰ ਚਾਹ ਵਾ ਜੀ ਮੇਰੇ। ਬਾਬਾ ਜੀ ਕੋਈ ਹੋਰ ਜਾਣਕਾਰੀ ਆਪ ਜੀ ਦੇਣਾ ਚਾਹੋ ਇਸ ਗੁਰੂ ਸਥਾਨ ਬਾਰੇ? ਬਸ ਜੀ ਜਾਣਕਾਰੀ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਨਾਲ ਸੰਬੰਧਿਤ ਸਥਾਨ ਹੈ, ਇਸ ਸਥਾਨ ਦੇ ਨਾਲ ਇੱਕ ਅਕੈਡਮੀ ਵੀ ਗੁਰੂ ਜੋ ਚੱਲ ਰਹੀ ਹੈ, ਗੁਰੂ ਮਤਲਬ ਗੁਰੂ ਨਾਨਕ ਦੇਵ ਅਕੈਡਮੀ ਜਲੰਧਰ ਰੋਡ 'ਤੇ ਗੁਰੂ ਨਾਨਕ ਕਾਲਜ ਚੱਲ ਰਿਹਾ ਜੀ ਗੁਰਦੁਆਰਾ ਸਾਹਿਬ ਦੇ ਨਾਲ, ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ। ਤਕਰੀਬਨ ਮਤਲਬ ਪੂਰਾ ਸ਼ਹਿਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਮੁੱਖ ਗੁਰਦੁਆਰਾ ਇਹੀ ਹੈ ਜੀ, ਜਿਹਦੇ ਕਿ ਸੰਗਤਾਂ ਬਹੁਤ ਹੀ 12 ਮਹੀਨੇ ਇੱਥੇ ਤਕਰੀਬਨ ਮੇਲੇ ਦਾ ਹੀ ਰੂਪ ਲੱਗਿਆ ਰਹਿੰਦਾ ਜੀ ਇਸ ਦੌਰਾਨ। ਇਹ ਸਨ ਗੁਰਦੁਆਰਾ ਕੰਧ ਸਾਹਿਬ ਦੇ ਅੱਡ ਗ੍ਰੰਥੀ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਤਿਹਾਸ ਦੇ ਚਾਨਣਾ ਪਾਇਆ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਜਸਵਿੰਦਰ ਸਿੰਘ ਜੀ ਪੁੱਛਾਂ ਵਾਲੇ, ਅੱਜ ਅਸੀਂ ਬਟਾਲੇ ਦੀ ਧਰਤੀ 'ਤੇ ਪਹੁੰਚੇ ਹਾਂ ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਸਮਾਗਮ ਚੱਲ ਰਹੇ ਹਨ। ਆਓ ਤੁਹਾਨੂੰ ਦਰਸ਼ਨ ਕਰਾਈਏ ਕੰਧ ਸਾਹਿਬ ਗੁਰਦੁਆਰਾ ਸਾਹਿਬ ਦੇ ਅਤੇ ਡੇਹਰਾ ਸਾਹਿਬ ਗੁਰਦੁਆਰਾ ਸਾਹਿਬ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਡੇਹਰਾ ਸਾਹਿਬ ਗੁਰਦੁਆਰਾ ਸਾਹਿਬ ਦੇ
ਅੰਦਰ ਆਪ ਸਭ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹਾਂ। ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਜਿੱਥੇ ਹੋਇਆ ਸੀ ਉਹ ਗੁਰਦੁਆਰਾ ਸਾਹਿਬ ਦਰਸ਼ਨ ਕਰਵਾ ਰਹੇ ਹਾਂ। ਆਓ ਜੀ ਇਸੇ ਸੰਬੰਧ ਵਿੱਚ ਅਸੀਂ ਬਾਬਾ ਜੀ ਤੋਂ ਪੁੱਛਦੇ ਹਾਂ ਇਸ ਜਗ੍ਹਾ ਦਾ ਇਤਿਹਾਸ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ। ਨਾਮ ਕਸ਼ਮੀਰ ਸਿੰਘ ਜੀ। ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਜਿਹੜਾ ਸੰਗਤਾਂ ਨੂੰ ਵਿਸਥਾਰ ਦੇ ਨਾਲ ਦੱਸੋ ਜੀ। ਗੁਰਦੁਆਰਾ ਡੇਰਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਆਨੰਦ ਕਾਰਜ ਥੜਾ ਸਾਹਿਬ ਤੇ ਹੋਇਆ ਜੀ। ਤੇ ਸੁਲਤਾਨਪੁਰ ਲੋਧੀ ਮਤਲਬ ਜਿੱਦਾਂ 16 ਸਤੰਬਰ ਨੂੰ ਬਾਬਾ ਜੀ ਦਾ ਵਿਆਹ ਹੈ ਜੀ, ਤੇ 14 ਸਤੰਬਰ ਨੂੰ ਮਤਲਬ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਸੰਗਤ ਕੀਰਤਨ ਰੂਪ ਵਿੱਚ ਸੰਗਤ ਜਾਂਦੀ ਆ ਜੀ। ਉੱਥੋਂ 15 ਤਰੀਕ ਨੂੰ ਆਉਂਦੀ ਆ ਜੀ। 16 ਤਰੀਕ ਨੂੰ ਬਾਬਾ ਜੀ ਦਾ ਵਿਆਹ ਹੁੰਦਾ ਜੀ। ਉੱਥੋਂ ਨਗਰ ਕੀਰਤਨ ਰੂਪ ਵਿੱਚ ਸਾਰੇ ਬਟਾਲੇ ਦੀਆਂ ਪਰਿਕਰਮਾ ਕਰਦੇ ਆ। ਡੇਰਾ ਸਾਹਿਬ ਤੋਂ ਮਤਲਬ ਨਗਰ ਕੀਰਤਨ ਤੁਰਦਾ ਜੀ, ਅਤੇ ਸਮਾਪਤੀ ਸ਼ਾਮ ਨੂੰ ਡੇਰਾ ਸਾਹਿਬ 'ਤੇ ਫਿਰ ਸਮਾਪਤੀ ਹੁੰਦੀ ਆ ਜੀ। ਅਤੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਜੀ। ਬੀਬੀਆਂ 21 ਦਿਨ ਸਤਸੰਗ ਕਰਦੀਆਂ, ਬਾਬੇ ਦੇ ਵਿਆਹ ਦੀਆਂ ਘੋੜੀਆਂ ਗਾਉਂਦੀਆਂ ਜੀ, ਅਤੇ ਲੰਗਰ ਵੀ ਚੱਲਦੇ ਆ, ਵਿੱਧ ਵਰਤਾਈ ਜਾਂਦੀ ਹੈ, ਗੁਣੀਆਂ ਵਰਤਾਏ ਜਾਂਦੇ ਬਾਅਦ 5ਵੇਂ ਦੇ ਮਤਲਬ ਸਾਰਾ ਜਿੱਦਾਂ ਘਰਾਂ ਦੇ ਵਿੱਚ ਆਨੰਦ ਕਾਰਜ ਹੁੰਦੇ ਆ ਜੀ। ਉਸ ਤਰ੍ਹਾਂ ਇੱਥੇ ਵਿਆਹ ਬਾਬਾ ਜੀ ਦਾ ਮਨਾਇਆ ਜਾਂਦਾ, ਹਰ ਤਰ੍ਹਾਂ ਹਰ ਇੱਕ ਮਤਲਬ ਗੁਣੇ ਵਰਤਾਏ ਜਾਂਦੇ ਆ, ਵਿੱਧ ਮਤਲਬ ਪੂਰੀ ਵਰਤਾਈ ਜਾਂਦੀ ਆ, ਰਹਿ ਰਸਮਾਂ ਸਾਰੀਆਂ ਹੁੰਦੀਆਂ। ਹਾਂਜੀ ਬਾਬਾ ਜੀ ਇਸ ਸਥਾਨ 'ਤੇ ਆਨੰਦ ਕਾਰਜ ਹੋਏ ਸੀ? ਹਾਂਜੀ ਆਨੰਦ ਕਾਰਜ ਇੱਥੇ ਹੋਇਆ ਜੀ। ਦੋਨਾਂ ਪਰਿਵਾਰਾਂ ਵੱਲੋਂ ਪੰਡਿਤ ਆਏ ਜੀ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮੈਂ ਤੁਹਾਡੀ ਆਪਣੀ ਮਰਜ਼ਾਦਾ ਵਿੱਚ ਆਨੰਦ ਕਾਰਜ ਕਰਨੇ ਆ। ਮਤਲਬ ਉਹਨਾਂ ਨੇ ਲਾਲਚ ਦਿੱਤਾ, ਪੈਲੀ ਦਾ ਲਾਲਚ ਦਿੱਤਾ ਵੀ ਇੰਨੀ ਜਾਇਦਾਦ ਅਸੀਂ ਦੇ ਦਾਂਗੇ, ਹੋਰ ਲਾਲਚ ਦਿੱਤੇ, ਪਰ ਗੁਰੂ ਨਾਨਕ ਪਾਤਸ਼ਾਹ ਨੇ ਮਨ੍ਹਾ ਕਰਤਾ। ਉਹਨਾਂ ਨੇ ਕਿਹਾ ਆਪਣੀ ਮਰਜ਼ਾਦਾ ਵਿੱਚ ਆਨੰਦ ਕਾਰਜ ਕਰਨੇ ਆ ਜੀ। ਉਹਨਾਂ ਨੇ ਕਿਹਾ ਵੀ ਮੈਂ ਮੂਲ ਮੰਤਰ ਨੂੰ ਲਿਖ ਕੇ ਨਾ ਫੱਟੀ 'ਤੇ ਆਨੰਦ ਕਾਰਜ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕੀਤੇ ਆ ਜੀ, ਅਤੇ ਬੜੀ ਸ਼ਰਧਾ ਨਾਲ ਆਨੰਦ ਕਾਰਜ ਕੀਤੇ ਆ। ਗੁਰੂ ਪਿਆਰੀ ਸਾਧ ਸੰਗਤ ਜੀ ਉਹ ਇਹ ਸਨ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ, ਜਿਨ੍ਹਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਹੀ ਪੂਰੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਤੁਹਾਨੂੰ ਮਿਲਾਉਂਦੇ ਹਾਂ ਇੱਥੇ ਦੀ ਸੰਗਤ ਦੇ ਨਾਲ, ਅਤੇ ਜਾਣਦੇ ਹਾਂ ਉਹਨਾਂ ਦੇ ਵਿਚਾਰ ਕਿ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦੇ ਵਿੱਚ ਸੰਬੰਧ ਵਿੱਚ ਉਹਨਾਂ ਦੇ ਕੀ ਵਿਚਾਰ ਹਨ। ਆਓ ਜੀ। ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਦੇ ਵਿੱਚ ਸੰਗਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਡੇਰਾ ਸਾਹਿਬ ਪਹੁੰਚ ਰਹੀਆਂ ਹਨ। ਬੜੀਆਂ ਖੁਸ਼ੀਆਂ ਖੁਸ਼ਹਾਲੀਆਂ ਦੇ ਨਾਲ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਨੂੰ ਮਨਾ ਰਹੀਆਂ ਹਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਸੁੰਦਰ ਨਗਰ ਤੋਂ ਆਏ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਗੁਰੂ ਚੜ੍ਹਦੀ ਕਲਾ ਵਾਸਤੇ ਦਰਸ਼ਨ ਮਿਲੇ ਕਾਰਨ ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਸਾਹਿਬ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਫ਼ਤੇ ਮੇਰਾ ਭਰਿਆ ਹੱਥ ਤਰੇ ਸੁਲਤਾਨਪੁਰੋਂ ਜਨ ਆਈ ਬਾਬੇ ਨਾਨਕ ਦੀ ਘਰ ਘਰ ਖੁਸ਼ੀ ਮਨਾਈ ਬਾਬੇ ਨਾਨਕ। ਮਾਤਾ ਤ੍ਰਿਪਤਾ ਨੇ ਖੁਸ਼ੀ ਮਨਾਈ ਬਾਬੇ ਨਾਨਕ ਦੀ। ਪਿਤਾ ਕਾਲੂ ਨੇ ਖੁਸ਼ੀ ਮਨਾਈ ਬਾਬੇ ਨਾਨਕ ਦੀ। ਸੰਗਤਾਂ ਨੇ ਖੁਸ਼ੀ ਮਨਾਈ ਬਾਬੇ ਨਾਨਕ ਦੀ। ਸੁਲਤਾਨਪੁਰੋਂ ਜਨ ਆਈ ਬਾਬੇ ਨਾਨਕ ਦੀ। ਗਲੀਆਂ ਬਟਾਲੇ ਦੀਆਂ ਰੰਗ ਰਤੀਆਂ ਗਲੀਆਂ ਬਟਾਲੇ ਦੀਆਂ ਰੰਗ ਰਤੀਆਂ ਵਾਹਿਗੁਰੂ।
ਮੁਖ ਤੰਡ ਟਾਇਸਾਂ ਨਹੀਂ ਵੇਲਾੜਿਆ ਸ਼ੇਰਾ ਹਟਾ ਕੇ ਜਰਾ ਬਈ ਸ਼ੇਰਾ ਹਟਾ ਕੇ ਜਰਾ ਬਈ ਵੇਲਾੜਿਆ ਮੁਖ ਤੰਡ ਟਾਇਸਾਂ ਨਹੀਂ ਨਹੀਂ ਵੇਲਾੜਿਆ ਸ਼ੇਰਾ ਹਟਾ ਕੇ ਜਰਾ ਬਈ ਅਸਾਂ ਤਾਂ ਸੁਣਿਆ ਮੁੰਡਾ ਪਾਂਦੇ ਨੂੰ ਪੜਾ ਕੇ ਆਇਆ ਅਸਾਂ ਤਾਂ ਸੁਣਿਆ ਮੁੰਡਾ ਪਾਂਦੇ ਨੂੰ ਪੜਾ ਕੇ ਆਇਆ ਫੱਟੀ ਤੇ ਲਿਖਿਆ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਵੇਲਾੜਿਆ ਸ਼ੇਰਾ ਹਟਾ ਕੇ ਜਰਾ ਬਈ ਸ਼ੇਰਾ ਹਟਾ ਕੇ ਜਰਾ ਬਈ ਵੇਲਾੜਿਆ ਮੁਖ ਤਾਂ ਡਿੱਠਾ ਅਸਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਦਰਸ਼ਨ ਕੀਤੇ ਕੰਧ ਸਾਹਿਬ ਗੁਰਦੁਆਰਾ ਸਾਹਿਬ ਦੇ ਅਤੇ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਆਪ ਸਭ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਅਸਥਾਨਾਂ ਦੇ ਦਰਸ਼ਨ ਕੀਤੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ